ਫੋਰਚੂਨਰ ਕਾਰ ਅਤੇ ਥਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਫੋਰਚੂਨਰ ਕਾਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਦੀਆਂ ਕੈਨਾਂ ਲੱਦੀਆਂ ਹੋਈਆਂ ਸੀ ਤੇ ਅਚਾਨਕ ਹੀ ਕਿਹਾ ਜਾ ਰਿਹਾ ਕਿ ਓਵਰ ਸਪੀਡ ਤੇ ਹੋਣ ਦੇ ਕਾਰਨ ਸਾਹਮਣੇ ਤੋਂ ਆ ਰਹੀ ਇੱਕ ਥਾਰ ਦੇ ਨਾਲ ਫੋਰਚੂਨਰ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਫੋਰਚੂਨਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਦੂਜੇ ਪਾਸੇ ਥਾਰ ਗੱਡੀ ਜੋ ਹੈ ਸੜਕ ਦੇ ਉੱਤੇ ਕਈ ਪਲਟੀਆਂ ਖਾ ਕੇ ਇੱਕ ਪਾਸੇ ਨੂੰ ਮੁੱਦੀ ਹੋ ਗਈ ਹੈ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਸੜਕਾਂ ਦੇ ਉੱਤੇ ਖਿਲਰੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਦੌਰਾਨ ਲੋਕਾਂ ਨੇ ਜੋ ਜ਼ਖਮੀ ਸੀ ਉਹਨਾਂ ਦੀ ਮਦਦ ਕਰਨੀ ਤਾਂ ਦੂਰ ਉਲਟਾ ਸ਼ਰਾਬ ਦੀਆਂ ਪੇਟੀਆਂ ਹੀ ਆਪਣੇ ਨਾਲ ਲੈ ਗਏ। ਆਲਮ ਇਹ ਰਿਹਾ ਜੋ ਬੀਅਰ ਦੇ ਕੈਨ ਸੀ ਉਹ ਮੌਕੇ ਦੇ ਉੱਤੇ ਹੀ ਖੋਲ੍ਹ ਕੇ ਪੀਣੇ ਸ਼ੁਰੂ ਕਰ ਦਿੱਤੇ ਤੇ ਇਹ ਭਿਆਨਕ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਨੈਸ਼ਨਲ ਹਾਈਵੇ ਦੀਆਂ ਜਿੱਥੇ ਕਿ ਇੱਕ ਫੋਰਚੂਨਰ ਕਾਰ ਅਤੇ ਥਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਹਾਲਾਂਕਿ ਜੋ ਥਾਰ ਗੱਡੀ ਸੀ ਉਹ ਸੜਕ ਦੇ ਉੱਤੇ ਕਈ ਪਲਟੀਆਂ ਖਾਂਦੀ ਹੋਈ ਜਾ ਕੇ ਦੂਰ ਡਿੱਗਦੀ ਹੈ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਆਖਰ ਫੋਰਚੂਨਰ ਕਾਰ ਸਵਾਰ ਇੰਨੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਲੈ ਕੇ ਕਿੱਥੋਂ ਆਇਆ ਸੀ। ਤਾਂ ਸ਼ਰਾਬ ਦੀਆਂ ਇਹ ਬੋਤਲਾਂ ਸਾਫ਼ ਸੜਕਾਂ ਦੇ ਉੱਤੇ ਖਿਲਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਬੀਅਰ ਦੇ ਕਈ ਕੈਨ ਵੀ ਮੌਕੇ ਦੇ ਉੱਤੇ ਖਿਲਰੇ ਨੇ। ਹਾਲਾਂਕਿ ਬੀਅਰ ਦੇ ਕੈਨ ਇਹ ਸੀਲ ਬੰਦ ਸੀ ਅਤੇ ਜਿਨ੍ਹਾਂ ਨੂੰ ਲੋਕਾਂ ਨੇ ਮੌਕੇ ਦੇ ਉੱਤੇ ਹੀ ਖੋਲ੍ਹ ਕੇ ਪੀਣਾ ਸ਼ੁਰੂ ਕਰ ਦਿੱਤਾ ਹੈ। ਤਾਂ ਅਹਿਮਦਾਬਾਦ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਫੋਰਚੂਨਰ ਕਾਰ ਅਤੇ ਥਾਰ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਨੇ ਪਰ 3 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ। ਹਾਲਾਂਕਿ ਜੋ ਫੋਰਚੂਨਰ ਗੱਡੀ ਹੈ ਉਸਦਾ ਅਗਲਾ ਹਿੱਸਾ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਕਈ ਥਾਵਾਂ ਦੇ ਉੱਤੇ ਫੁੱਟੀਆਂ ਨਜ਼ਰ ਆਈਆਂ ਨੇ। अहमदाबाद का ये एस टी रिंग रोड का भोपाल का इलाका है, ये एक्सीडेंट हुआ है। अर्ली मॉर्निंग में जो फॉर्चुनर कार का ड्राइवर था वो बहुत ओवर स्पीड में चला रहा था और जो भोपाल तरफ से आ रही थी था वो राजपथ कट में वो जैसे ही टर्न लेने की कोशिश की तो फॉर्चुनर ने उसको वो एक्सीडेंट कर दिया। फॉर्चुनर जो गाड़ी थी उसका चालक अभी हॉस्पिटलाइज है, उससे भी हमारी पूछताछ चालू है और उसकी सारवार भी चालू है। थार में 2 लोग जो बैठे थे वो भी उनकी भी डेथ हो गई है और फॉर्चुनर में एक जो ड्राइवर साइड के बाजू में बैठा था उसकी भी डेथ हो गई है, अभी पुलिस तपास चालू है। फॉर्चुनर कार ਅਤੇ ਥਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਫੋਰਚੂਨਰ ਕਾਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਦੀਆਂ ਕੈਨਾਂ ਲੱਦੀਆਂ ਹੋਈਆਂ ਸੀ ਤੇ ਅਚਾਨਕ ਹੀ ਕਿਹਾ ਜਾ ਰਿਹਾ ਕਿ ਓਵਰ ਸਪੀਡ ਤੇ ਹੋਣ ਦੇ ਕਾਰਨ ਸਾਹਮਣੇ ਤੋਂ ਆ ਰਹੀ ਇੱਕ ਥਾਰ ਦੇ ਨਾਲ ਫੋਰਚੂਨਰ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਫੋਰਚੂਨਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਦੂਜੇ ਪਾਸੇ ਥਾਰ ਗੱਡੀ ਜੋ ਹੈ ਸੜਕ ਦੇ ਉੱਤੇ ਕਈ ਪਲਟੀਆਂ ਖਾ ਕੇ ਇੱਕ ਪਾਸੇ ਨੂੰ ਮੁੱਦੀ ਹੋ ਗਈ ਹੈ ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਸੜਕਾਂ ਦੇ ਉੱਤੇ ਖਿਲਰੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਦੌਰਾਨ ਲੋਕਾਂ ਨੇ
ਜੋ ਜ਼ਖਮੀ ਸੀ ਉਹਨਾਂ ਦੀ ਮਦਦ ਕਰਨੀ ਤਾਂ ਦੂਰ ਉਲਟਾ ਸ਼ਰਾਬ ਦੀਆਂ ਪੇਟੀਆਂ ਹੀ ਆਪਣੇ ਨਾਲ ਲੈ ਗਏ। ਆਲਮ ਇਹ ਰਿਹਾ ਜੋ ਬੀਅਰ ਦੇ ਕੈਨ ਸੀ ਉਹ ਮੌਕੇ ਦੇ ਉੱਤੇ ਹੀ ਖੋਲ੍ਹ ਕੇ ਪੀਣੇ ਸ਼ੁਰੂ ਕਰ ਦਿੱਤੇ ਅਤੇ ਇਹ ਭਿਆਨਕ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਨੈਸ਼ਨਲ ਹਾਈਵੇ ਦੀਆਂ ਜਿੱਥੇ ਕਿ ਇੱਕ ਫੋਰਚੂਨਰ ਕਾਰ ਅਤੇ ਥਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਹਾਲਾਂਕਿ ਜੋ ਥਾਰ ਗੱਡੀ ਸੀ ਉਹ ਸੜਕ ਦੇ ਉੱਤੇ ਕਈ ਪਲਟੀਆਂ ਖਾਂਦੀ ਹੋਈ ਜਾ ਕੇ ਦੂਰ ਡਿੱਗਦੀ ਹੈ, ਜਿਸ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਆਖਰ ਫੋਰਚੂਨਰ ਕਾਰ ਸਵਾਰ ਇੰਨੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਲੈ ਕੇ ਕਿੱਥੋਂ ਆਇਆ ਸੀ। ਤਾਂ ਸ਼ਰਾਬ ਦੀਆਂ ਇਹ ਬੋਤਲਾਂ ਸਾਫ਼ ਸੜਕਾਂ ਦੇ ਉੱਤੇ ਖਿਲਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਬੀਅਰ ਦੇ ਕਈ ਕੈਨ ਵੀ ਮੌਕੇ ਦੇ ਉੱਤੇ ਖਿਲਰੇ ਨੇ। ਹਾਲਾਂਕਿ ਬੀਅਰ ਦੇ ਕੈਨ ਇਹ ਸੀਲ ਬੰਦ ਸੀ ਅਤੇ ਜਿਨ੍ਹਾਂ ਨੂੰ ਲੋਕਾਂ ਨੇ ਮੌਕੇ ਦੇ ਉੱਤੇ ਹੀ ਖੋਲ੍ਹ ਕੇ ਪੀਣਾ ਸ਼ੁਰੂ ਕਰ ਦਿੱਤਾ ਹੈ। ਤਾਂ ਅਹਿਮਦਾਬਾਦ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਫੋਰਚੂਨਰ ਕਾਰ ਅਤੇ ਥਾਰ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਨੇ ਪਰ 3 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ। ਹਾਲਾਂਕਿ ਜੋ ਫੋਰਚੂਨਰ ਗੱਡੀ ਹੈ ਉਸਦਾ ਅਗਲਾ ਹਿੱਸਾ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਕਈ ਥਾਵਾਂ ਦੇ ਉੱਤੇ ਫੁੱਟੀਆਂ ਨਜ਼ਰ ਆਈਆਂ ਨੇ। अहमदाबाद का ये एस टी रिंग रोड का भोपाल का इलाका है, वहाँ पे ये एक्सीडेंट हुआ है। अर्ली मॉर्निंग में जो फॉर्चुनर कार का ड्राइवर था वो बहुत ओवर स्पीड में चला रहा था और जो भोपाल तरफ से आ रही थी था वो राजपथ कट में वो जैसे ही टर्न लेने की कोशिश की तो फॉर्चुनर ने उसको वो एक्सीडेंट कर दिया। फॉर्चुनर जो गाड़ी थी उसका चालक अभी हॉस्पिटलाइज है, उससे भी हमारी पूछताछ चालू है और उसकी सारवार भी चालू है। थार में 2 लोग जो बैठे थे वो भी उनकी भी डेथ हो गई है और फॉर्चुनर में एक जो ड्राइवर साइड के बाजू में बैठा था उसकी भी डेथ हो गई है। अभी पुलिस तपास चालू है।